ਐਤਵਾਰ ਵਾਲੇ ਦਿਨ ਸ਼ਹੀਦਾਂ ਸਾਹਿਬ ਲੱਗੇ ਚੁਪਹਿਰੇ 'ਚ ਇੰਨੀ ਸ਼ਕਤੀ ਹੈ ਕਿ ਬਾਬਾ ਦੀਪ ਸਿੰਘ ਜੀ ਆਪ ਬਹਿੰਦੇ ਆ ਸੰਗਤਾਂ ਦੇ ਨਾਲ। ਕਦੀ ਵੀ ਜਦੋਂ ਦਰਬਾਰ ਜਾਓਗੇ ਐਤਵਾਰ, ਤਾਂ ਜਦੋਂ ਇਕੱਠੀਆਂ ਸੰਗਤਾਂ ਬਹਿ ਕੇ ਪਰਮਾਤਮਾ ਦਾ ਨਾਮ ਜਪਦੀਆਂ, ਰੱਬ ਨੂੰ ਯਾਦ ਕਰਦੀਆਂ, ਉੱਥੇ ਇੱਕ ਅਲੌਕਿਕ ਸ਼ਕਤੀ ਮਹਿਸੂਸ ਹੁੰਦੀ ਹੈ। ਉੱਥੇ ਪਰਮਾਤਮਾ ਦੀ ਇੰਨੀ ਕਿਰਪਾ ਹੈ ਕਿ ਤੁਸੀਂ ਸਵੇਰੇ ਨਿਕਲਦੇ ਹੋ ਘਰੋਂ ਦੁਖੀ ਮਨ ਨਾਲ, ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਲੈ ਕੇ, ਅਤੇ ਜਦੋਂ ਤੁਸੀਂ ਸ਼ਹੀਦਾਂ ਸਾਹਿਬ ਤੋਂ ਵਾਪਸ ਆਉਂਦੇ ਹੋ ਤਾਂ ਬਾਬਾ ਜੀ ਤੁਹਾਡੀਆਂ ਝੋਲੀਆਂ ਭਰ ਕੇ ਦਿੰਦੇ ਨੇ। ਬਾਬਾ ਜੀ ਤੁਹਾਡੇ ਹਰ ਦੁੱਖ 'ਚ ਤੁਹਾਡੇ ਨਾਲ ਹੈ। ਤੁਹਾਡਾ ਦਿਲ ਸਾਫ ਹੈ ਤਾਂ ਤੁਹਾਡਾ ਹਰ ਦੁੱਖ ਬਾਬਾ ਜੀ ਆਪਣੇ ਹੱਥਾਂ ਨਾਲ ਕੱਟਣਗੇ। ਅਤੇ ਇਹ ਕੋਈ ਕਈਆਂ ਕਹਾਈਆਂ ਗੱਲਾਂ ਨਹੀਂ ਹੈਗੀਆਂ, ਜਿਨ੍ਹਾਂ ਦੀ ਪ੍ਰੀਤ ਬਾਬਾ ਦੀਪ ਸਿੰਘ ਜੀ ਦੇ ਨਾਲ ਸੱਚੀ ਲੱਗੀ ਹੋਵੇ, ਉਹਨਾਂ ਕੋਲ ਪੁੱਛ ਕੇ ਦੇਖਣਾ ਕਿ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦੀ ਜ਼ਿੰਦਗੀਆਂ ਕਿਸ ਤਰ੍ਹਾਂ ਬਦਲੀਆਂ ਨੇ। ਆਪਣੇ ਗੁਰੂ 'ਤੇ ਭਰੋਸਾ ਸੱਚਾ ਹੋਵੇ ਤਾਂ ਗੁਰੂ ਤਾਂ ਤੁਹਾਡੇ ਲਈ ਸਾਰੀ ਦੁਨੀਆ ਹਿਲਾ ਸਕਦਾ।